ਬਾਬਾ ਜਰਨੈਲ ਸਿੰਘ ਜੀ ਖਾਲਸਾ ਦਾ ਜਿਵੇਂ ਦੱਸਿਆ ਸੀ ਕੱਲ, ਮਹਾਂਪੁਰਖ ਰਾਤ ਨੂੰ 2 ਵਜੇ ਜਦੋਂ ਕਈ ਵਾਰ ਇਕੱਠੇ ਸੌਣਾ ਅਸੀਂ ਤਾਂ 2 ਵਜੇ ਨੂੰ 5 ਗ੍ਰੰਥੀ ਆਰੰਭ ਕਰ ਲੈਣੀ ਆਪੇ ਹੀ, ਪਿਆਂ ਪਿਆਂ ਨੇ ਉੱਤੇ ਕੰਬਲ ਲਿਆ ਹੋਣਾ, ਹੌਲੀ ਹੌਲੀ ਆਵਾਜ਼ ਮਾੜੀ ਮਾੜੀ ਸੁਣਦੀ ਹੁੰਦੀ ਸੀ, ਕੀ ਆਵਾਜ਼ ਸਮਝ ਤਾਂ ਨਹੀਂ ਲੱਗਦੀ ਕੀ ਬੋਲਦੇ। ਸੋ ਫਿਰ 5 ਬਾਣੀਆਂ ਪੜ੍ਹ ਕੇ ਫਿਰ ਉੱਠ ਕੇ ਨਹਾਉਣਾ, ਫਿਰ ਜਪਜੀ ਸਾਹਿਬ ਦੇ ਪਾਠ ਕਰਨੇ। ਫਿਰ ਮੈਂ ਪੁੱਛਿਆ, ਮੈਂ ਰਾਤ ਮੈਨੂੰ ਮਾੜੀ ਜਾਗ ਆਈ ਸੀ, ਤੁਸੀਂ ਪਾਠ ਕਰਦੇ ਸੀ ਕੋਈ? ਕਹਿੰਦੇ ਮੈਂ 5 ਗ੍ਰੰਥੀ 5 ਬਾਣੀਆਂ ਪੜ੍ਹ ਕੇ ਉੱਠਦਾ ਬਾਅਦ ਵਿੱਚ। ਕਹਿੰਦੇ ਫਿਰ ਮੈਂ 101 ਜਪਜੀ ਸਾਹਿਬ ਜਾਂ 150 ਜਪਜੀ ਸਾਹਿਬ ਕਰਨਾ ਹੁੰਦਾ, ਇਸ ਕਰਕੇ ਮੈਂ ਤੜਕੇ ਹੀ ਉੱਠ ਕੇ ਕਰ ਲੈਂਦਾ। ਇੱਕ ਉਹ ਆਪਣੇ ਆਪ ਨੂੰ ਛੁਪਾ ਕੇ ਬਹੁਤ ਰੱਖਦੇ ਸੀ, ਨਹਾਉਣਾ ਜਾ ਕੇ 7 ਵਜੇ ਦਿਖਾਵਾ ਜਿਹਾ ਕਰੀ ਜਾਣਾ ਉਹਦੇ ਨਾਲ। ਕਹਿੰਦੇ ਫਿਰ ਜੇ ਬਾਹਲਾ ਕਰੀਏ ਫਿਰ ਬਾਹਲਾ ਹੀ ਮਸ਼ਹੂਰੀ ਜੀ ਹੋ ਜਾਂਦੀ ਆ। ਫਿਰ ਕਹਿੰਦੇ ਮੈਨੂੰ ਪਹਿਲਾਂ ਹੀ ਕਹੀ ਜਾਂਦੇ ਬੜਾ ਅਭਿਆਸੀ ਆ, ਬੜਾ ਬਾਣੀ ਬਣ। ਕਹਿੰਦੇ ਸ਼ਾਮ ਨੂੰ ਫਿਰ ਜੇ 101 ਜਾਂ 150 ਜਪਜੀ ਸਾਹਿਬ ਕਰਕੇ ਜਿਹਨੂੰ ਮਿਲਣਾ ਗਿਲਣਾ, ਜਦੋਂ ਵਿਦਿਆਰਥੀ ਰੂਪ ਵਿੱਚ ਹੁੰਦੇ ਜਿਹਨੂੰ ਮਿਲਣਾ ਜੀ ਮੈਨੂੰ ਵੀ ਮਿਲਣਾ, ਉਹ ਮੇਰਾ ਆਨੰਦ ਸਾਹਿਬ ਰਹਿ ਗਿਆ। ਮੈਂ ਕਿਹਾ ਸਵੇਰ ਦੇ ਪਾਠ ਕਰੀ ਆਨੰਦ ਸਾਹਿਬ ਕਿੱਦਾਂ ਰਹਿ ਗਿਆ? ਕਹਿੰਦੇ ਮੈਂ ਬਣਾਇਆ ਹੋਇਆ ਵੀ ਮੈਂ ਦੂਜੇ ਨੂੰ ਕਹਿ ਦਿਆਂ ਆਨੰਦ ਸਾਹਿਬ ਰਹਿ ਗਿਆ, ਅਗਲਾ ਘੋਲਾ ਸਵੇਰ ਦਾ ਤੱਕ ਆਨੰਦ ਸਾਹਿਬ ਹੀ ਨਹੀਂ ਪੜ੍ਹਿਆ ਨੇ। ਕਹਿੰਦੇ ਇਹਦੇ ਨਾਲ ਫਿਰ ਆਪਣੀ ਹਉਮੈ ਵੀ ਨਹੀਂ ਹੁੰਦੀ ਅਤੇ ਦੂਜੇ ਨੂੰ ਵੀ ਮਾੜਾ ਪਤਾ ਲੱਗਦਾ ਵੀ ਕੀ ਕਰਦਾ ਹੈ। ਕਹਿੰਦੇ ਮੈਂ 101 ਜਪਜੀ ਸਾਹਿਬ ਕਰਕੇ ਬਾਅਦ ਆਨੰਦ ਸਾਹਿਬ ਦਾ ਇੱਕ ਪਾਠ ਕਰਦਾ ਹੁੰਦਾ। ਕਹਿੰਦੇ ਉਹ ਬਹਾਨਾ ਹੋ ਜਾਂਦਾ ਮੇਰੇ ਕੋਲ ਵੀ ਅਜੇ ਤਾਂ ਆਨੰਦ ਸਾਹਿਬ ਵੀ ਨਹੀਂ ਹੋਇਆ ਹਲੇ। ਕਹਿੰਦੇ ਲੋਕ ਸਮਝਦੇ ਖਾਣੀ 5 ਬਾਣੀ ਵਾਲਾ ਆਨੰਦ ਸਾਹਿਬ ਨਹੀਂ ਹੋਇਆ। ਕਹਿੰਦੇ ਮੈਂ ਉਹ ਆਪਣੇ ਆਪ ਨੂੰ ਲੁਕੋ ਕੇ ਰੱਖਦਾ, ਤਾਂ ਇੰਨਾ ਨਿਤਨੇਮ ਕਰਨ ਤੋਂ ਬਾਅਦ ਵੀ ਆਪਣੇ ਆਪ ਨੂੰ ਲੁਕੋ ਕੇ ਰੱਖਣਾ, ਇਹ ਗੁਰਮੁਖਾਂ ਦੇ ਲੱਛਣ ਹੁੰਦੇ ਨੇ।